ਤੇ ਇਹ ਲੋਕ ਰੈਪਚਰ ਤਿਆਰੀ ਬਾਰੇ ਕੁਝ ਵੀ ਨਹੀਂ ਜਾਣਦੇ ਹਨ। ਉਹ ਕਹਿੰਦੇ ਕਿ ਯਿਸੂ ਬਚਾਉਂਦਾ ਹੈ, ਜੀਸਸ ਸੇਵਜ਼। ਬਿਲਕੁਲ, ਯਿਸੂ ਬਚਾਉਂਦਾ ਹੈ, ਯਿਸੂ ਅੱਜ ਵੀ ਬਚਾਉਂਦਾ ਹੈ। ਜਿੰਨਾ ਚਿਰ ਤੱਕ ਲੋਕ ਉਹਨੂੰ ਕਬੂਲ ਕਰਦੇ ਉਹਨੂੰ ਬਚਾਉਂਦਾ ਆ, ਪਰ ਉਹ ਰੈਪਚਰ 'ਚ ਕਿੱਦਾਂ ਜਾ ਰਹੇ? ਔਰਤਾਂ ਕਿਸ ਤਰ੍ਹਾਂ ਕੱਟੇ ਹੋਏ ਵਾਲਾਂ ਦੇ ਨਾਲ ਚਿਹਰੇ ਉੱਪਰ ਰੰਗ ਰੋਗਨ ਲਗਾਏ, ਹਾਈ ਹੀਲ ਸ਼ੂ ਪਾ ਕੇ, ਸ਼ੋਰਟਸ ਪਾ ਕੇ, ਆਪਣੇ ਜਿਸਮ ਅੰਗ ਉਹਨਾਂ ਨੂੰ ਪ੍ਰਦਰਸ਼ਿਤ ਕਰਕੇ ਕਿੱਦਾਂ ਇਹ ਔਰਤ ਰੈਪਚਰ 'ਚ ਜਾ ਰਹੀ ਹਨ? ਜੀਸਸ ਸੇ, ਯਿਸੂ ਬਚਾਉਂਦਾ, ਇਹ ਸੱਚ ਹੈ। ਜਦ ਤੱਕ ਲੋਕ ਯਿਸੂ ਕਬੂਲ ਕਰਦੇ ਯਿਸੂ ਬਚਾਉਂਦਾ ਆ, ਪਰ ਰੈਪਚਰ 'ਚੋਂ ਕਿੱਦਾਂ ਜਾ ਰਹੇ ਹਨ? ਇਹ ਵੱਡਾ ਸਵਾਲ ਆ। ਉਹਨਾਂ ਲੋਕਾਂ ਨੂੰ ਇਸ ਰਾਹ ਦੇ ਉੱਪਰ ਆਉਣਾ ਪੈਣਾ ਹੈ, ਉਹਨਾਂ ਨੂੰ ਇਸ ਸੱਚ ਨੂੰ ਸੁਣਨਾ ਪੈਣਾ ਆ ਕਿ ਇਹਨਾਂ ਸ਼ਰੀਰਾਂ ਨੂੰ ਬਦਲ ਕੇ ਰੈਪਚਰ 'ਚ ਕਿੱਦਾਂ ਲੈ ਕੇ ਜਾਣਾ ਆ। ਹੁਣ ਇਸ ਰਾਹ ਉੱਪਰ, ਜਿਸ ਰਾਹ ਉੱਪਰ ਅਸੀਂ ਚੱਲ ਕੇ ਆਏ ਹਾਂ, ਹੁਣ ਇਸ ਰਾਹ ਦੇ ਉੱਪਰ ਆਉਣਾ ਪੈਣਾ ਆ। ਹੁਣ ਭਾਈ ਭੈਣ ਯਾਦ ਰੱਖੋ, ਇਹੀ ਚੀਜ਼ ਸਾਨੂੰ ਸਾਡੇ ਵਿਸ਼ਵਾਸੀਆਂ ਨੂੰ ਇਹਨਾਂ ਮਿਸ਼ਨਾਂ ਤੋਂ ਅਲੱਗ ਕਰਦੀ ਆ। ਇਹੀ ਉਹ ਵਜ੍ਹਾ ਹੈ, ਸਾਰੀਆਂ ਮਿਸ਼ਨਾਂ ਧਰਤੀ ਨਾਲ ਬੱਝੀਆਂ ਹੋਈਆਂ ਹਨ ਜਦ ਤੱਕ ਉਹ ਇਸ ਰਾਹ ਦੇ ਉੱਪਰ ਨਹੀਂ ਆਉਂਦੀਆਂ। ਉਹ ਧਰਤੀ ਨਾਲ ਬੱਝੀਆਂ ਹੋਈਆਂ ਹਨ ਜਦ ਤੱਕ ਉਹਨੂੰ ਨਹੀਂ ਸੁਣਦੀਆਂ ਜਿੱਦਾਂ ਅਸੀਂ ਪ੍ਰਚਾਰ ਕਰ ਰਹੇ ਹਾਂ। ਸੋ ਪਰਮੇਸ਼ਰ ਦਾ ਹੋਲੀ ਗੋਸਟ ਸਿਸਟਮ, ਉਸ ਸਮੇਂ ਜਦੋਂ ਲੀਲਾ ਇਹਨਾਂ ਮੋਹਰਾਂ ਨੂੰ ਖੋਲ੍ਹਣ ਜਾ ਰਿਹਾ ਸੀ, ਤੁਹਾਡੇ ਕੋਲ ਧਰਤੀ ਉੱਪਰ ਇੱਕ ਨਬੀ ਦਾ ਹੋਣਾ ਜ਼ਰੂਰੀ ਹੈ। ਕਿਉਂਕਿ ਪਰਮੇਸ਼ਰ ਦਾ ਸਿਸਟਮ ਕੀ ਹੈ? ਪਰਮੇਸ਼ਰ, ਲੀਲਾ, ਦੂਤ ਅਤੇ ਨਬੀ। ਅਗਰ ਸੱਤ ਮੋਹਰਾਂ ਖੁੱਲ੍ਹਣ ਜਾ ਰਹੇ ਸਨ, ਧਰਤੀ ਉੱਪਰ ਕੋਈ ਨਬੀ ਹੋਣਾ ਚਾਹੀਦਾ ਸੀ। ਸੋ ਕੀ ਹੋਇਆ? ਉਹ ਵਾਪਸ ਆਪਣੇ ਚਰਚ ਆਇਆ, ਸੱਤ ਦੂਤ ਚਰਚ ਤੱਕ ਉਹਦੇ ਮਗਰ ਆਏ ਰੇਗਿਸਤਾਨ ਤੋਂ। ਆਸਤਾ ਆਸਤਾ ਉਹ ਬੱਦਲ ਉੱਥੋਂ ਹਟ ਗਿਆ, ਕਿਉਂਕਿ ਦੂਤ ਉਹਨਾਂ ਉਡਾਰੀ ਮਾਰੀ ਅਤੇ ਨਬੀ ਬ੍ਰਹਮ ਦੇ ਪਿੱਛੇ ਪਿੱਛੇ ਚਰਚ ਤੱਕ ਆਏ। ਅਤੇ ਹੁਣ ਕੀ ਕਰ ਰਹੇ ਸਨ? ਉਹ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੇ ਸਨ। ਦੂਤ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੇ ਸਨ, ਕਿਉਂਕਿ ਇੱਕ ਇੱਕ ਜਾਣੇ ਕੋਲ ਇੱਕ ਇੱਕ ਮੋਹਰ ਸੀ। ਸੋ ਸਾਰੇ ਇਕੱਠੇ ਹੀ ਆ ਕੇ ਨਬੀ ਨੂੰ ਇਹ ਪ੍ਰਕਾਸ਼ ਨਹੀਂ ਦੇ ਸਕਦੇ ਸਨ, ਪਰ ਇਕੱਲਾ ਇਕੱਲਾ ਜਾਣਾ ਉਹਦੇ ਕੋਲ ਉਹਨੇ ਆਉਣਾ ਸੀ। ਸੋ ਯਾਦ ਰੱਖੋ, ਇਹ ਪ੍ਰਕਾਸ਼ਨ ਉਹਨੂੰ ਰੇਗਿਸਤਾਨ 'ਚ ਨਹੀਂ ਮਿਲਿਆ, ਪਰ ਉਹਨੇ ਆਖਿਆ ਡੇਰੇ ਜਾ ਅਤੇ ਅਸੀਂ ਨੂੰ ਉੱਥੇ ਮਿਲਾਂਗੇ। ਹੁਣ ਭਾਈ ਭੈਣੋ, ਇਸ ਚੀਜ਼ ਨੂੰ ਮਿਸ ਨਾ ਕਰੋ, ਪਰਮੇਸ਼ਰ ਸਿਸਟਮ ਨੂੰ ਵੇਖੋ। ਉਹਨਾਂ ਨੇ ਨਬੀ ਨੂੰ ਵਾਪਸ ਡੇਰੇ ਭੇਜਿਆ, ਨਬੀ ਆਪਣੇ ਦੋਸਤ ਦੇ ਇੱਕ ਘਰ ਵਿੱਚ ਠਹਿਰਿਆ 7-8 ਦਿਨਾਂ ਤੱਕ। ਹਰ ਰੋਜ਼ ਇੱਕ ਦੂਤ ਉਹਦੇ ਕਮਰੇ ਵਿੱਚ ਆਉਂਦਾ ਰਿਹਾ, ਭਾਈ ਬ੍ਰਹਮ ਦੂਤ ਦੀ ਇੰਤਜ਼ਾਰ ਕਰਦਾ ਸੀ। ਸੋ ਜਦੋਂ ਭਾਈ ਬ੍ਰਹਮ ਉਸ ਕਮਰੇ 'ਚ ਪਹੁੰਚਿਆ, ਉਹ ਬੜਾ ਕਨਫਿਊਜ਼ ਸੀ, ਉਹ ਬਹੁਤ ਉਤਾਵਲਾ ਸੀ, ਐਕਸਾਈਟਡ ਸੀ। ਕੋਈ ਚੀਜ਼ ਨੇ ਉਹਨੂੰ ਹਿਲਾਉਣਾ ਸ਼ੁਰੂ ਕਰਤਾ, ਉਹ ਸੋਚਣ ਲੱਗ ਪਿਆ ਕਿ ਮੈਂ ਕੀ ਕਰਾਂ। ਉਹਨੇ ਕਿਤਾਬਾਂ ਫੋਲਣੀਆਂ ਸ਼ੁਰੂ ਕਰਤੀਆਂ, ਕਿਉਂਕਿ ਦੂਤਾਂ ਨੇ ਕਿਹਾ ਜੋ ਡੇਰੇ ਜਾ ਤੈਨੂੰ ਉੱਥੇ ਪ੍ਰਕਾਸ਼ਿਤ ਕੀਤਾ ਜਾਵੇਗਾ। ਸੋ ਨਬੀ ਵਾਪਸ ਡੇਰੇ ਆ ਚੁੱਕਾ ਆ, ਇੱਕ ਕਮਰੇ 'ਚ ਸਟੇਅ ਕੀਤੀ ਹੋਈ ਆ, ਆਪਣਾ ਡੈਡੀਕੇਟ ਕਰਨ ਡਿਆ ਆ, ਪਰ ਉਹ ਬਹੁਤ ਕਨਫਿਊਜ਼ ਆ, ਬੇਚੈਨੀ ਉਹਦੇ ਉੱਪਰ ਛਾ ਗਈ। ਉਹਨੇ ਕਿਤਾਬਾਂ ਫੋਲਣੀ ਸ਼ੁਰੂ ਕੀਤੀਆਂ, ਪਰ ਇਹ ਪ੍ਰਕਾਸ਼ਨ ਕਿਤਾਬਾਂ ਦੇ ਵਿੱਚ ਨਹੀਂ ਸੀ, ਇਹ ਪ੍ਰਕਾਸ਼ਨ ਦੂਤਾਂ ਦੇ ਕੋਲ ਸੀ। ਤੁਸੀਂ ਕਿਤਾਬਾਂ 'ਚ ਕਿੱਦਾਂ ਲੱਭ ਸਕਦੇ? ਨਹੀਂ, ਇਹ ਦੂਤਾਂ ਦੇ ਕੋਲ ਸੀ। ਲੀਲੇ ਨੇ ਮੋਹਰਾਂ ਨੂੰ ਖੋਲ੍ਹਿਆ, ਤੁਸੀਂ ਕਿਤਾਬਾਂ 'ਚ ਨਹੀਂ ਲੱਭ ਸਕਦੇ? ਨਹੀਂ। ਸੋ ਜਦੋਂ ਭਾਈ ਬ੍ਰਹਮ ਪੁਲਪਟ 'ਤੇ ਜਾਣ ਵਾਲਾ ਸੀ, ਕੇਵਲ ਕੁਛ ਘੰਟੇ ਪਹਿਲਾਂ ਇੱਕ ਦੂਤ ਉਹਦੇ ਕੋਲ ਆਇਆ ਅਤੇ ਉਹਨੇ ਉਹਨੂੰ ਇੰਸਪਾਇਰ ਕਰਨਾ ਸ਼ੁਰੂ ਕਰਤਾ ਔਰ ਉਹਨੂੰ ਪਹਿਲੀ ਮੋਹਰ ਦਾ ਪ੍ਰਕਾਸ਼ਨ ਦਿੱਤਾ। ਕਿਸ ਪੈਟਰਨ ਵੇਖਣ ਡੇ ਹੋ? ਦੂਤ ਆਇਆ, ਉਹਨੇ ਮੋਹਰ ਨੂੰ ਪ੍ਰਗਟ ਕੀਤਾ, ਉਹਨੂੰ ਦੱਸਿਆ ਕਿ ਚਿੱਟਾ ਘੋੜਾ ਕੀ ਹੈ ਅਤੇ ਉਹਦਾ ਸਵਾਰ ਕੌਣ ਹੈ। ਉਹਨੇ ਆ ਕੇ ਚੀਜ਼ ਉਹਦੇ ਉੱਪਰ ਖੋਲ੍ਹੀ। ਸੋ ਮੋਹਰਾਂ ਦਾ ਖੋਲ੍ਹਿਆ ਜਾਣਾ, ਇਹਦਾ ਮਤਲਬ ਕਿਸੇ ਜਾਣੇ ਨੂੰ ਤੁਹਾਨੂੰ ਦੱਸਣਾ ਪੈਣਾ ਆ ਕਿ ਚਿੰਨ੍ਹ ਕੀ ਹੈ। ਅਤੇ ਜੇ ਤੁਸੀਂ ਚਿੰਨ੍ਹ ਨੂੰ ਜਾਣ ਜਾਂਦੇ ਹੋ, ਤੁਹਾਡੇ ਵਾਸਤੇ ਮੋਹਰ ਖੁੱਲ੍ਹ ਜਾਂਦੀ ਹੈ। ਇਹ ਸਿੰਪਲ ਹੀ ਆ, ਇਹ ਮੋਹਰ ਖੁੱਲ੍ਹ ਚੁੱਕੀ ਹੈ। ਸੋ ਇੱਕ ਦੂਤ ਅੰਦਰ ਆਇਆ, ਭਾਈ ਬ੍ਰਹਮ ਉਹਦੇ ਬਾਰੇ ਨਹੀਂ ਜਾਣਦਾ ਸੀ, ਪਰ ਕੀ ਹੋਇਆ ਕਿ ਇਹ ਉਹਨਾਂ ਦੂਤਾਂ 'ਚੋਂ ਇੱਕ ਦੂਤ ਸੀ ਜਿਹੜੇ ਉਹਨੂੰ ਕਾਸ਼ ਵਿੱਚ ਉਠਾ ਕੇ ਲੈ ਗਏ, ਅਤੇ ਭਾਈ ਬ੍ਰਹਮ ਉਸ ਦੂਤ ਦੀ ਹਜ਼ੂਰੀ ਨੂੰ ਜਾਣਦਾ ਸੀ। ਇੱਕ ਦੂਤ ਆਇਆ, ਉਹਨੇ ਉਹਨੂੰ ਇਹ ਪ੍ਰਕਾਸ਼ਨ ਦਿੱਤਾ। ਉਸ ਤੋਂ ਬਾਅਦ ਹੋਰ ਦੂਤ ਆਉਂਦੇ ਗਏ, ਇੱਕ ਇੱਕ ਕਰਕੇ, ਇਕੱਲੇ ਇਕੱਲੇ ਦਿਨ। ਆਉਣ ਵਾਲੇ ਬੁੱਧਵਾਰ ਤੁਸੀਂ ਭਾਈ ਪ੍ਰਦੀਪ ਕੋਲ ਸੁਣਨ ਜਾ ਰਹੇ ਹੋ ਕਿ ਪਹਿਲੀ ਮੋਹਰ ਕੀ ਹੈ, ਚਿੱਟਾ ਘੋੜਾ ਔਰ ਉਹਦਾ ਸਵਾਰ ਕੌਣ ਹੈ। ਭਾਈ ਪ੍ਰਦੀਪ ਕੋਲ ਅਸੀਂ ਸੁਣੋਗੇ, ਇਹ ਸ਼ੈਤਾਨ ਹੈ। ਚਿੱਟਾ ਘੋੜ ਸਵਾਰ ਕੋਈ ਨਹੀਂ, ਪਰ ਸ਼ੈਤਾਨ ਹੈ ਜਿਹੜਾ ਮਸੀਹ ਹੋਣ ਦਾ ਢੋਂਗ ਕਰ ਰਿਹਾ ਹੈ, ਔਰ ਇਹ ਤੁਹਾਡੀ ਪਹਿਲੀ ਮੋਹਰ ਆ। ਸੋ ਕੀ ਹੋਇਆ, ਇਕੱਲਾ ਇਕੱਲਾ ਦੂਤ ਆਉਂਦਾ ਗਿਆ, ਉਹਨੂੰ ਮੋਹਰਾਂ ਬਾਰੇ ਦੱਸਦਾ ਗਿਆ, ਅਤੇ ਜਦੋਂ ਸੱਤਵੀਂ ਮੋਹਰ ਦੀ ਵਾਰੀ ਆਈ, ਦੂਤ ਨੇ ਆਖਿਆ ਕਿ ਤੂੰ ਇਹਨੂੰ ਹਾਸਲ ਨਹੀਂ ਕਰ ਸਕਦਾ। ਔਰ ਇਹ ਭਾਈ ਬ੍ਰਹਮ ਵਾਸਤੇ ਬੜੀ ਡਿਸਕਰੇਜ ਕਰਨ ਵਾਲੀ ਗੱਲ ਸੀ, ਕਿਉਂਕਿ ਇਹ ਸੱਤਵੀਂ ਮੋਹਰ ਬਹੁਤ ਇੰਪੋਰਟੈਂਟ ਮੋਹਰ ਸੀ। ਦੂਤ ਨੇ ਆਖਿਆ ਨਹੀਂ, ਤੂੰ ਇਹਨੂੰ ਹਾਸਲ ਨਹੀਂ ਕਰ ਸਕਦਾ। ਸੋ ਅੱਜ ਫਿਰ ਭਾਈ ਭੈਣੋ, ਤੁਸੀਂ ਇਸ ਪੈਟਰਨ ਨੂੰ ਯਾਦ ਰੱਖੋ,
इन कदे भी ना भुलो। परमेश्वर लेला जिहड़ा मोहरा खोलने योग निकलिया, दूत और नबी, और कोई आम नबी नहीं पर मलाकी 4:5-6 दा एलिया नबी। कोई और रॉबर्ट नहीं, कोई बिली ग्राहम नहीं, कोई वड्डा इवेंजलिस्ट नहीं, पर विलियम मैरियन ब्रैनहम मोहरा भाई ब्रैनहम उपर प्रगट हुई। इहदा विश्वास करो, जीउंदे रहो, इहदे उपर शक करो, मर जाओ, पर असीं इहदा विश्वास करदे हां।